उसे सुन रहे हो चावला न्यूज नेटवर्क टोरंटो CNN टोरंटो। पर साहब वेलकम, स्वागत है जी आयां नूं, सत श्री अकाल। शुक्रिया जी, मेरे वल्लों भी आप जी सारे श्रोता ते दर्शकां नूं सत श्री अकाल जी। पर साहब की हाल चाल, सेहत ठीक ने हुण? पहला ना ठीक है काफी जी। चलो बाबा कृपा करे जी, चढ़दी कला च रहो। अच्छा, दुनिया दे विच इस वक्त चर्चा बहुत वड्डी तादाद दे विच चंद्रयान चंद्रयान चंद्रयान। BBC दा एक रिपोर्टर आ, उन्हें एंकर आ, उन्हें एक टिप्पणी कीती, ते टिप्पणी दा तो अहीं जवाब दे चुके हां कि भारत विच गरीबी है ते इन्ना पैसा इस विषय ते खर्चण दी की लोड़ सी। गरीबी तो भाई अमेरिका दे विच भी बड़ी आ, गरीबी कनेडा दे विच भी हैगी है, ते नहीं ते फिर इत्थे जिहड़ियां सेवा फूड बैंकां ने उह कल चलदियां ने, अमेरिका च कोई चलदियां ने, इंग्लैंड च कोई चलदियां ने। इंग्लैंड दे विच लोक पुलां थले क्यों सौंदे ने? अपने थले ना दीवे तले अंधेरा हुंदा, अपनी पीढ़ी थले सोटा नहीं मारदे दूजियां नूं टिप्पणी। हर देश ही इस इहो जिहे सबजैक्ट जिहड़े हुंदे ने खोजां वास्ते, उह उहनां कोल बजट हुंदे ने, है ना, हर हर देश दे कोल। असीं उहदा जवाब ते दे चुके हां, पर हुण उहदी इस टिप्पणी दे उत्ते जिहड़ा मैं क्वेश्चन करन लगा, जिहड़ियां हुण खबरां वख वख अखबारां कढ़ के लै के आउणगियां। एक खबर है कि इसरो दे विज्ञानी ਜਿਹੜੇ ਹਨ ਉਹਨਾਂ ਦੇ ਵਿੱਚ ਇੱਕ ਵੀ ਕਰੋੜਪਤੀ ਨਹੀਂ ਹੈ। ਜਿਹੜੇ ਸਾਡੇ ਸਾਬਕਾ ਇਸਰੋ ਦੇ ਮੁਖੀ ਰਹੇ ਮਾਧਵ ਨਾਇਰ, ਹਾਂਜੀ, ਉਹਨਾਂ ਨੇ ਬੜੀਆਂ ਅਰਦਾਸਾਂ ਕੀਤੀਆਂ ਸੀ ਕਿ ਸਾਡਾ ਚੰਦਰਯਾਨ ਜਿਹੜਾ ਤੀਸਰਾ ਜਿਹੜਾ ਜ਼ਰੂਰ ਸਫਲ ਹੈ। ਤੇ ਤੁਹਾਨੂੰ ਇਹ ਵੀ ਪਤਾ ਹੋਏਗਾ ਵੀ ਜਿਹੜਾ ਰੋਵਰ ਆ ਉਹ ਬਕਾਇਦਾ ਤੌਰ ਤੇ ਜਿਹੜਾ ਵਾ ਉਹਦੇ ਵਿੱਚੋਂ ਲੈਂਡਰ ਚੋਂ ਨਿਕਲ ਕੇ ਉਹਨੇ ਆਪਣਾ ਕੰਮ ਸ਼ੁਰੂ ਕਰਤਾ। ਕੱਲ ਵੀ ਕਿਹਾ ਸੀ ਕਿ ਇਹਨੂੰ 24 ਘੰਟੇ ਲੱਗਣੇ, ਟਹਿਲ ਕਦਮੀ ਸ਼ੁਰੂ ਕਰਤੀ ਉਹਨੇ ਹੁਣ ਜੀ। ਹੁਣ 14 ਦਿਨ ਦਾ ਪੀਰੀਅਡ ਹੈ ਉਹਦਾ, 14 ਦਿਨਾਂ ਚੋਂ ਸਭ ਕੁਛ ਚੰਦਰ ਦੀ ਪਰਿਕਰਮਾ ਕਰਕੇ ਲੈ ਕੇ ਆਏਗਾ ਕਿ ਉੱਥੇ ਕੀ ਕੁਛ ਹੋ ਰਿਹਾ ਕੀ ਕੁਛ ਨਹੀਂ ਹੈਗਾ। ਤੇ ਮੇਨ ਇਹਨਾਂ ਦੀ ਇਹ ਆ ਕਿ ਉੱਥੇ ਪਾਣੀ ਦੀ ਤਲਾਸ਼ ਕਰਨੀ, ਪਾਣੀ ਕਿੱਥੇ ਮਿਲ ਸਕਦਾ ਦੱਖਣੀ ਧਰਵ ਦੇ ਉੱਤੇ। ਜਿਹੜਾ ਦੱਖਣੀ ਧਰਵ ਆ, ਜਿਵੇਂ ਸਾਡਾ ਪਹਾੜੀ ਏਰੀਆ ਹੁੰਦਾ ਇਸ ਤਰ੍ਹਾਂ ਦਾ ਏਰੀਆ, ਮੂਰਖ ਬਣਾ ਏਰੀਆ। ਅੱਛਾ ਜੀ, ਉਹਦੇ ਵਿੱਚ ਉਹਦੇ ਵਾਸਤੇ ਚੱਲਣਾ ਵੀ ਥੋੜਾ ਜਿਹਾ ਮੁਸ਼ਕਲ ਜ਼ਰੂਰ ਹੋਏਗਾ, ਲੇਕਿਨ ਇਹ ਪਹਿਲਾ ਵਾ ਇੰਡੀਆ ਜਿੱਥੇ ਜੇਕਰ ਦੱਖਣੀ ਧਰੁਵ ਦੇ ਉੱਤੇ ਉਤਰਿਆ ਕੋਈ ਜਾ ਕੇ ਇਹੋ ਜਿਹਾ ਰੋਵਰ ਵਗੈਰਾ। ਹੁਣ ਇਸਰੋ ਵਿਗਿਆਨੀ ਇਹ ਗੱਲ ਕਹਿੰਦੇ ਆ ਕਿ 615 crore ਦੀ ਇੱਕ ਫਿਲਮ ਬਣੀ, ਇਹਨੇ ਬਾਲੀਵੁੱਡ ਦੀ ਫਿਲਮ ਬਣੀ 615 crore ਦੀ, 615 crore ਦੇ ਵਿੱਚ ਅਸੀਂ ਚੰਦ ਤੱਕ ਪਹੁੰਚ ਗਏ। ਇਹ ਸਾਡੇ ਜਿਹੜੇ ਵਿਗਿਆਨੀ ਨੇ ਉਹਨਾਂ ਨੂੰ ਦਾਦ ਦੇਣੀ ਨਹੀਂ ਬਣਦੀ, ਸਸਤੇ ਤੋਂ ਸਸਤਾ ਕੰਮ ਕਰਕੇ ਥੋੜੇ ਪੈਸੇ ਖਰਚ ਕਰਕੇ ਉੱਥੇ ਪੁੱਜੇ। ਕਾਂਗਰਸ ਨੇ ਇਹ ਦੋਸ਼ ਬਕਾਇਦਾ ਤੌਰ ਤੇ ਲਾਇਆ ਵਾ ਕਿ ਉਹਦਾ ਸਪੇਸ ਦਾ ਜਿਹੜਾ ਸਪੇਸ ਵਿਗਿਆਨੀ ਇਸਰੋ ਉਹਦਾ ਬਜਟ ਘਟਾ ਦਿੱਤਾ ਗਿਆ, ਘਟਾਉਣ ਦੇ ਬਾਵਜੂਦ ਵੀ ਉਹ ਆਪਣੀ ਕਾਮਯਾਬੀ ਹਾਸਲ ਕੀਤੀ। ਉਹਨਾਂ ਦੇ ਸੰਗਠਨ ਸਕੱਤਰ ਜਿਹੜੇ KC ਵੇਣੂਗੋਪਾਲ ਨੇ, ਉਹਨਾਂ ਨੇ ਇਹ ਖ਼ਬਰਾਂ ਦਾ ਹਵਾਲਾ ਦੇ ਕੇ ਗੱਲ ਕਹੀ ਕਿ ਪਲਾੜ ਦੇ ਵਿਭਾਗ ਦੇ ਬੱਜੀ ਵੀ ਕਟੌਤੀ ਕਟੌਤੀ ਕੀਤੀ ਗਈ ਤੇ ਹੈਵੀ ਇੰਜੀਨੀਅਰ ਕਾਰਪੋਰੇਸ਼ਨ ਦੇ ਇੰਜੀਨੀਅਰ ਜਿਹੜੇ ਇੱਥੇ ਕੰਮ ਕਰਦੇ ਉਹਨਾਂ ਨੂੰ ਕਈ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ। ਕੀ ਕੰਮ ਕਰਨਗੇ, ਕਿਵੇਂ ਕਰਨਗੇ ਵਿਚਾਰੇ? ਲੇਕਿਨ ਫਿਰ ਵੀ ਜੇ ਨਾਇਰ ਸਾਹਿਬ ਉਹ ਕਹਿੰਦੇ ਵੀ ਇਹਨਾਂ ਹਾਲਾਤਾਂ ਦੇ ਵਿੱਚ ਹੋਣ ਦੇ ਬਾਵਜੂਦ ਵੀ ਜਿਹੜੇ ਸਾਡੇ ਇੰਜੀਨੀਅਰ ਹੈ ਸਾਡੇ ਵਿਗਿਆਨੀ ਨੇ ਉਹ ਕੰਮ ਕਰਨਾ, ਸਾਡੇ ਇੱਥੇ ਟੁੱਟਾ ਜਿਹਾ ਇੱਕ ਲੀਡਰ ਹੁੰਦਾ ਵਾ ਤੇ ਉਹਦੇ ਕੋਲ ਕਿੰਨੇ ਕਰੋੜ ਹੁੰਦਾ ਪਤਾ ਹੀ ਨੀ, ਕਿੰਨੇ ਉਹ ਨਿਕਲ ਰਹੇ ਨਾ, ਬਿਲਕੁਲ ਆਸ਼ੂ ਦੇ ਸਾਰੇ ਕੱਢ ਰਹੇ ਨਾ ਉਹ ਕਿੰਨੇ ਨਿਕਲਦੇ ਆ, ਬਿਲਕੁਲ। ਲੇਕਿਨ ਵਿਗਿਆਨੀ ਜਿਹਨਾਂ ਨੇ ਦੇਸ਼ ਵਾਸਤੇ ਕੁਛ ਕੀਤਾ, ਮੈਂ ਤੇ ਲੋਕਾਂ ਨੂੰ ਇਹ ਗੱਲ ਕਹੂੰਗਾ ਵੀ ਇਹਨਾਂ ਲੋਕਾਂ ਨੂੰ ਇਲੈਕਸ਼ਨ ਚ ਖੜੇ ਕਰਕੇ ਪਾਰਲੀਮੈਂਟ ਚ ਭੇਜੋ, ਇਹ ਵਿਗਿਆਨ ਦਾ ਕੰਮ ਵੀ ਕਰਨ ਤੇ ਸਮਾਜਿਕ ਵਿਗਿਆਨ ਦਾ ਕੰਮ ਵੀ ਕਰਨ, ਜਿਹੜੇ ਇੰਨੀ ਇਮਾਨਦਾਰੀ ਦੇ। ਫਿਰ ਉਹ ਕਹਿੰਦੇ ਆ ਨਾਇਰ ਸਾਹਿਬ, ਉਹਨੇ ਕੋਈ ਗੱਲ ਨੀ ਯਾਰ, ਅਸੀਂ ਆਪਣੇ ਟੀਚੇ ਨੂੰ ਅਸੀਂ ਆਪਣੇ ਨਿਸ਼ਾਨੇ ਨੂੰ ਸਮਰਪਿਤ ਆ, ਸਾਨੂੰ ਦੋ ਵੇਲ ਦੀ ਇੱਕ ਵੇਲ ਦੀ ਰੋਟੀ ਨਾਲ ਨੂੰ ਤਾਂ ਵੀ ਅਸੀਂ ਸਮਰਪਿਤ, ਅਸੀਂ ਉਹ ਕੰਮ ਕਰਾਂਗੇ, ਅਸੀਂ ਕੱਲਾ ਆਪਣੇ ਵਾਸਤੇ ਦੇਸ਼ ਵਾਸਤੇ ਕਰਨਾ ਦੁਨੀਆਂ ਵਾਸਤੇ ਕਰਨਾ, ਇਹ ਜਿਹੜਾ ਸਾਡਾ ਕਾਮਯਾਬ ਹੋਇਆ ਇਹ ਕੱਲਾ ਇੰਡੀਆ ਦਾ ਨਹੀਂ ਇਹ ਪੂਰੀ ਮਨੁੱਖਤਾ ਵਾਸਤੇ। ਬਿਲਕੁਲ, ਹੁਣ ਉਹਨਾਂ ਦੀਆਂ ਗੱਲਾਂ ਸੋਚੀਏ ਤੇ ਬੜੀਆਂ ਵਧੀਆ ਵਧੀਆ ਉਹਨਾਂ ਨੇ ਗੱਲਾਂ ਕੀਤੀਆਂ ਨੇ, ਲੇਕਿਨ ਕੀ ਸਾਡੇ ਪੋਲੀਟੀਸ਼ੀਅਨ ਤੇ ਸਰਕਾਰਾਂ ਨੂੰ ਕੋਈ ਸ਼ਰਮ ਹੋਊ ਇਹਨਾਂ ਦੀ ਗੱਲਾਂ ਤੋਂ?
ਬਿਲਕੁਲ ਤੁਸੀਂ ਸਹੀ ਗੱਲ ਕਹੀ ਹੈ। ਤੁਹਾਨੂੰ ਪਤਾ ਹੈ ਸਾਡੇ ਜਿਹੜੇ ਹੈਗੇ ਸੀ ਵੀ ਰਮਨ, ਇੱਕ ਮੇਘ ਚੰਦ, ਉਹਨਾਂ ਨੇ ਵੀ ਕੰਮ ਬਹੁਤ ਕੀਤਾ ਵਿਗਿਆਨ ਦੇ ਉੱਤੇ। ਲੇਕਿਨ ਜਦੋਂ ਡਾਕਟਰ ਹਰਗੋਬਿੰਦ ਖੁਰਾਨਾ ਨੇ ਇੰਨੀ ਗੱਲ ਕਹੀ ਵੀ ਮੈਂ ਜਾ ਕੇ ਆ ਜਿਹੜੇ ਸੈੱਲ ਹੁੰਦੇ ਸੈੱਲ ਸਰੀਰ ਚ ਇਹਨਾਂ ਦੀ ਖੋਜ ਕਰਨੀ ਚਾਹੁੰਦਾ, ਤੇ ਸਾਡੀ ਸਰਕਾਰ ਨੇ ਭਾਜਾ ਸਾਡੇ ਇੰਨੇ ਕਰੋੜਾਂ ਰੁਪਏ ਦਵਾ ਲੈਂਦਾ, ਦੌੜ ਜਾ ਇੱਥੇ ਤੇਰੇ ਵਾਸਤੇ ਕੋਈ ਜਗ੍ਹਾ ਨਹੀਂ ਹੈਗੀ, ਉਹ ਬੰਦਾ ਅਮਰੀਕਾ ਚੱਲੇਗਾ। ਜਦੋਂ ਉੱਥੋਂ ਦੀ ਸਰਕਾਰ ਦੇ ਵਿਗਿਆਨੀ ਨੂੰ ਆਪਣਾ ਪ੍ਰੋਜੈਕਟ ਦੱਸਿਆ, ਉਹ ਕਹਿੰਦੇ ਵੀ ਠੀਕ ਆ ਗੱਲ ਕਰ, ਲੈਬ ਲਾ ਦਿੰਦੇ ਨੂੰ, ਕਰਕਮ ਤਕੜਾ ਹੋ ਗਿਆ। ਉਹਨਾਂ ਕਰੋੜਾਂ ਡਾਲਰ ਦੀ ਲੈਬ ਲਾ ਦਿੱਤੀ, ਉਹਨੂੰ ਲੈਬ ਲਾ ਦਿੱਤੀ ਤੇ ਉਹਨੇ ਕੰਮ ਕੀਤਾ, ਤੇ ਉਹਨੇ ਜਦੋਂ ਸੈੱਲ ਖੋਜ ਕੀਤੇ ਨਾ, ਤੇ ਮੁੜ ਕੇ ਸਾਨੂੰ ਚੇਤਾ ਆਇਆ ਉਹ ਉਹਦੀ ਗਲਤੀ ਹੋ ਗਈ ਯਾਰ, ਬੰਦਾ ਸਾਡਾ ਸੀਗਾ। ਅਸੀਂ ਮੁੜ ਕੇ ਫਿਰ ਸਾਡੀਆਂ ਅਖਬਾਰਾਂ ਲਿਖਦੀਆਂ ਸਾਡੀਆਂ ਅਖਬਾਰਾਂ ਮੁੜ ਕੇ ਲਿਖਦੀਆਂ, ਜਦੋਂ ਕੋਈ ਕੈਨੇਡਾ, ਅਮਰੀਕਾ ਜਾਂ ਯੂਰਪ ਦੇ ਵਿੱਚ ਜਾਂ ਕਿਤੇ ਆਸਟ੍ਰੇਲੀਆ, ਨਿਊਜ਼ੀਲੈਂਡ ਜਾਂ ਕਿਤੇ ਹੋਰ ਥਾਵਾਂ 'ਤੇ ਤਰੱਕੀ ਕਰ ਜਾਂਦਾ, ਉੱਥੋਂ ਦੀ ਉਹ ਸਿਟੀਜ਼ਨ ਲੈ ਲੈਂਦਾ, ਭਾਰਤੀ ਪਿਛੋਕੜ ਵਾਲਾ ਜੀ, ਹਾਂਜੀ ਭਾਰਤੀ ਬੜਾ ਵੱਡਾ, ਫਿਰ ਉਹਨੂੰ ਭਾਰਤੀ ਪਿਛੋਕੜ ਵਾਲਾ। ਹੁਣ ਤੁਸੀਂ ਗੱਲ ਕੀ ਆ ਕਿ ਕੋਈ ਵੀ ਕਰੋੜਪਤੀ ਨਹੀਂ, ਉਹਨਾਂ ਦੀ ਤਨਖਾਹਾਂ ਨਹੀਂ ਮਿਲੀਆਂ, ਹੁਣ ਕਾਂਗਰਸ ਨੇ ਕੱਢ ਲਿਆਂਦਾ, ਆਪੋਜੀਸ਼ਨ ਨੇ ਕੱਢ ਲਿਆਂਦਾ, ਅੱਛਾ ਉਹਨਾਂ ਨੂੰ ਤਨਖਾਹਾਂ ਨਹੀਂ ਮਿਲੀਆਂ ਪਰ ਫਿਰ ਵੀ ਉਹ ਦੇਸ਼ ਭਗਤੀ ਦੇ ਤੌਰ 'ਤੇ ਲੱਗੇ ਹੋਏ ਆ, ਉਹਨਾਂ ਨੇ ਚੰਨ ਚਾੜ ਦਿੱਤਾ ਜੀ, ਉਹਨਾਂ ਨੇ ਚੰਨ 'ਤੇ ਚੰਨ ਚਾੜ ਦਿੱਤਾ, ਉਹਨਾਂ ਨੇ ਲੋਹਾ ਬਣਵਾ ਦਿੱਤਾ ਪੂਰੇ ਤੋਂ। ਅੱਜ ਉਹ ਟਹਿਲ ਕਦਮੀ ਵੀ ਕਰ ਰਿਹਾ, ਪੂਰੇ ਭਾਰਤ ਦਾ, ਪੂਰੇ ਦੁਨੀਆਂ ਦੇ ਵਿੱਚ ਨਾਂ ਰੌਸ਼ਨ ਹੋਇਆ ਇਸਰੋ ਦਾ। ਹੁਣ ਤੁਸੀਂ ਕਿਹਾ ਕਿ ਗੱਲ ਕਿ ਇਹ ਇਹਨਾਂ ਨੂੰ ਚੋਣਾਂ ਦੇ ਵਿੱਚ ਖੜਾ ਹੋਣਾ ਚਾਹੀਦਾ, ਮੈਨੂੰ ਨਾ ਭੁੱਲ ਗਿਆ, ਗਲਤ ਨਾ ਨਵਾਂ ਨਾਂ ਲੈ ਲਵਾਂ, ਜਿਹੜੀ ਉਹ ਨਾੜੀਆਂ ਲਾ ਕੇ ਪਈ ਹੁੰਦੀ ਸੀਗੀ, ਇਹ ਮੋਲਾ ਕੀ ਸੀ ਨਾਂ ਉਹਦਾ, ਲੜੀ ਸੀਗੀ ਉਹ ਆਪਣੇ ਖੇਤੇ ਵਾਸਤੇ, ਕਿੰਨੇ ਸਾਲ ਉਹਨੂੰ ਉਹਨੇ ਸਟ੍ਰਾਈਕ ਕੀਤੀ, ਤੇ ਜਦੋਂ ਚੋਣਾਂ ਦੇ ਵਿੱਚ ਖੜੀ ਤੇ ਕੁਝ ਵੋਟਾਂ ਵੀ ਪਈਆਂ ਉਹਨੂੰ, ਕੁਝ ਵੋਟਾਂ। ਜਿਹੜੇ ਵੋਟਰ ਵੀ ਨੇ ਇਹ ਵੀ ਡਾਂਗਾਂ ਵਾਲੇ ਹੀ ਆ, ਇਹ ਵੋਟਰ ਵੀ ਸਾਡੇ ਦੇਸ਼ ਦੇ ਵੋਟਰ ਵੀ ਬਹੁਤ ਵੱਡੀ ਤਾਦਾਦ ਦੇ ਵਿੱਚ ਡਾਂਗਾਂ ਵਾਲੇ ਹੀ ਆ। ਉਹ ਟੈਕਸ ਨਹੀਂ ਸੀ ਲਾਇਆ ਕਿਸੇ ਰਾਜੇ ਨੇ, ਪ੍ਰਜਾ ਤੇ ਟੈਕਸ ਲਾ ਦਿੱਤਾ ਸੀਗਾ ਜੀ 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 ਜੀ, ਤੇ ਫਿਰ ਉਹ ਜੁੱਤੀਆਂ ਵਾਲਾ ਕੰਮ ਵੀ ਕਰ ਦਿੱਤਾ ਸੀ ਨਾਲ, ਉਹ ਕਹਿੰਦੇ ਭਾਈ ਬੰਦੇ ਵਧਾਓ, ਟੈਕਸ ਜਿੰਨਾ ਮਰਜ਼ੀ ਲਓ, ਜੁੱਤੀਆਂ ਮਾਰਨ ਵਾਲੇ ਵਧਾਓ। ਕੋਈ ਪੁਲ ਸੀ, ਪੁਲ ਕਰਾਸ ਤੇ ਟੈਕਸ ਲਾਇਆ ਸੀ, ਟੈਕਸ ਲਾਇਆ ਕਿਉਂ ਸੀ, ਵੇਖੇ ਵੀ ਕਿੰਨੇ ਕੁ ਬੰਦੇ ਦੀ ਜ਼ਮੀਨ ਜਾਗਦੀ ਹੈ, ਇਹ ਵਿਗਿਆਨੀ ਜਿਹੜੇ ਨੇ ਇਹਨਾਂ ਨੇ ਦੇਸ਼ ਭਗਤੀ ਦਿਖਾ ਦਿੱਤੀ, ਤੇ ਉਹਦੇ ਉੱਤੇ ਰਾਜਨੀਤੀ ਕਰਨ ਵਾਲਿਆਂ ਨੇ ਰਾਜਨੀਤੀ ਕਰ ਦਿੱਤੀ। ਅੱਜ ਤੁਸੀਂ ਆਪਣੀ ਨਵਾਂ ਜ਼ਮਾਨਾ ਦਾ ਸੰਪਾਦਕੀ ਪੜ ਲਓ, ਮੈਂ ਤੇ ਸੁਣਾ ਦਿੱਤਾ ਚਲੋ ਕੋਈ ਵੀ ਸਰਕਾਰ ਹੋਵੇ ਕ੍ਰੈਡਿਟ ਉਹਨੇ ਲੈਣਾ ਹੀ ਲੈਣਾ। ਜਦੋਂ ਔਰ ਜੇ ਸ਼ਰਮਾ ਗਿਆ ਸੀਗਾ ਰਾਕੇਸ਼ ਕੇ ਦੂਜਾ, ਤੇ ਉਦੋਂ ਇੰਦਰਾ ਗਾਂਧੀ, ਰਾਕੇਸ਼ ਸ਼ਰਮਾ ਉਦੋਂ ਇੰਦਰਾ ਗਾਂਧੀ ਨੇ ਵੀ ਤੇ ਬਿਲਕੁਲ ਚੋਣਾਂ ਦੇ ਮੌਕੇ ਵੇਖਿਆ ਸੀਗਾ ਵੀ ਬੰਦਾ ਸਾਡਾ ਜਾਣਾ ਚਾਹੀਦਾ, ਨਬਜ਼ ਪਛਾਣਦੇ ਨੇ ਇਹ। ਪਰ ਤੁਸੀਂ 2008 ਡਾਕਟਰ ਮਨਮੋਹਨ ਸਿੰਘ ਦੇ ਵੇਖੋ ਨਾ, ਉਹਨੇ ਕੋਈ ਕ੍ਰੈਡਿਟ ਨਹੀਂ ਲਿਆ, ਬਿਲਕੁਲ ਉਹਨੇ ਕਿਹਾ ਕ੍ਰੈਡਿਟ ਦੇਸ਼ ਵਾਸੀਆਂ ਦਾ, ਸਾਡੇ ਵਿਗਿਆਨੀਆਂ ਦਾ। ਮੈਂ ਤੇ ਬੀਬੀਸੀ ਦੇ ਐਂਕਰ ਦੀ ਗੱਲ ਕਰਕੇ ਹਟਿਆ ਕਿ ਉਹ ਕਹਿੰਦਾ ਜੀ ਇਹ ਗਰੀਬ ਉੱਥੇ ਬਹੁਤ ਗਰੀਬੀ ਬਹੁਤ ਜ਼ਿਆਦਾ ਤੇ ਇੰਨਾ ਪੈਸਾ ਖਰਚ ਕਰ ਦਿੱਤਾ। ਮੈਂ ਕਿਹਾ ਜਦੋਂ ਸੁਨਾਮੀ ਆਈ ਸੀ ਡਾਕਟਰ ਮਨਮੋਹਨ ਸਿੰਘ ਨੇ ਕਿਸੇ ਵੀ ਦੇਸ਼ ਦੇ ਕੋਲੋਂ ਇਹ ਕਹਿ ਦਿੱਤਾ ਕਿ ਅਸੀਂ ਇਸ ਕਾਬਲ ਹੈਗੇ ਹਾਂ, ਸਾਨੂੰ ਮਦਦ ਨਹੀਂ ਚਾਹੀਦੀ, ਅਸੀਂ ਨਹੀਂ ਮਦਦ ਲੈਣੀ, ਲਈ ਨਹੀਂ ਸੀ ਸੁਨਾਮੀ ਵੇਲੇ, ਯਾਦ ਆ ਨਾ ਉਹਨਾਂ ਦੇ ਰਾਜ ਦੇ ਵਿੱਚ ਸੁਨਾਮੀ ਆਈ ਸੀਗੀ, ਕਿੰਨਾ ਨੁਕਸਾਨ ਹੋਇਆ ਸੀ, ਤੇ ਜੇ ਉਹ ਰੱਜਿਆ ਪੁੱਜਾ ਦੇਸ਼ ਆ ਤੇ ਫੇਰ ਹੀ ਉਹਨੇ ਕਿਹਾ ਸੀ ਨਾ ਡਾਕਟਰ ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਦੇ ਤੌਰ ਤੇ ਵੀ ਸਾਨੂੰ ਨੀ ਕਿਸੇ ਦੀ ਲੋੜ, ਅਸੀਂ ਸੰਭਾਲ ਲਾਂਗੇ। ਨਹੀਂ ਡਾਕਟਰ ਮਨਮੋਹਨ ਸਿੰਘ ਆਪ ਸਿੱਖ ਸੀਗਾ, ਉਹ ਸਿੱਖਾਂ ਦੀ ਪਰਿਭਾਸ਼ਾ ਜਾਣਦਾ ਸੀ, ਇਹਨਾਂ ਦੇ ਲੰਗਰ ਲਾ ਲੈਣੇ ਉੱਥੇ। ਚਲੋ ਅਗਲੀ ਕਾਲ ਲੈ ਲੈਣੇ ਆ। ਵੈਲਕਮ ਜੀ, ਸਵਾਗਤ ਹੈ।
ਚਾਵਲਾ ਸਾਹਿਬ ਤੁਸੀਂ ਬੀਬੀ ਚਾਵਲਾ ਨੂੰ ਇਹ ਵੀ ਨਾਲ ਕਹਿ ਦੇਣਾ ਸੀ ਤੁਹਾਡੇ ਯੂਕੇ ਦੇ ਵਿੱਚ ਵੀ ਪੁਲਾ ਥੱਲੇ ਕਿੰਨੇ ਲੋਕ ਸੌਂਦੇ ਨੇ ਤੁਸੀਂ ਉਹਨਾਂ ਦਾ ਖਿਆਲ ਮੈਨੂੰ ਤੁਹਾਡੇ ਤੇ ਸ਼ਿਕਵਾ ਇਹੀ ਹੈ ਕਿ ਤੁਸੀਂ ਲੇਟ ਜੁੜਦੇ ਹੋ ਮੈਂ ਪੱਟੀ ਸਾਹਿਬ ਦੇ ਵੇਲੇ ਵੀ ਕਹਿ ਕੇ ਰਿਹਾ ਗਾ ਕਹਿ ਚੁੱਕਾ ਮੈਂ ਵੀ ਤੁਹਾਡੇ ਪੁਲਾ ਥੱਲੇ ਵੀ ਰੌਣਕਾਂ ਲੱਗੀਆਂ ਹੁੰਦੀਆਂ ਨੇ ਅੱਛਾ ਮੇਰਾ ਸਵਾਲ ਇਹ ਹੈ ਚਾਵਲਾ ਅੱਛਾ ਗੱਲ ਸੁਣੋ ਇਹ ਚਾਵਲਾ ਆਏ ਨੀ ਰੁਕਦਾ ਇਹਦੇ ਮੂੰਹ ਜਿਹੜੀ ਗੱਲ ਆਉਣੀ ਨਿਕਲ ਜਾਣੀ ਪੱਟੀ ਸਾਹਿਬ ਵੀ ਕਹਿੰਦੇ ਨੇ ਸੋਚ ਕੇ ਬੋਲਿਆ ਕਰੋ ਥੋੜਾ ਜਿਹਾ ਮੈਂ ਕਿਹਾ ਨਾ ਜਿਹੜੀ ਨਿਕਲਗੀ ਨਿਕਲਗੀ ਹੁਣ ਕੋਈ ਗੱਲ ਨੀ ਜੋ ਹੋਊਗਾ ਵੇਖੀਏ ਅੱਛਾ ਕੀ ਕਹਿਣਾ ਚਾਹੁੰਦੇ ਹੋ ਮੇਰਾ ਸਵਾਲ ਇਹ ਹੈ ਜੀ ਪੱਟੀ ਸਾਹਿਬ ਜੀ ਜੀ ਇਹਨਾਂ ਨੇ 51 ਬੰਦੇ ਕੱਢੇ ਸੀ ਲੰਗਰ ਦੇ ਉਸ ਚ ਹਾਂਜੀ ਜੀ ਹੌਲੀ ਹੌਲੀ ਸਾਰਿਆਂ ਨੂੰ ਮਾਫ਼ ਕਰ ਗਏ ਉਹ ਇੱਕ ਵਿਚਾਰਾ ਰਿਟਾਇਰ ਕਰਕੇ ਇੱਕ ਬੰਦੇ ਨੂੰ ਬਹਾਲ ਮੈਨੇਜਰ ਨੂੰ ਬਹਾਲ ਕਰਕੇ ਉਹਦੇ ਕੋਲ ਪੈਸੇ ਵੀ ਲੈ ਕੇ ਤੇ ਮਗਰ ਉਹ ਰਿਟਾਇਰ ਕਰ ਦਿੱਤਾ ਬੜੇ ਤੁਸੀਂ ਨਾ ਬੜੇ ਲੇਟ ਲਤੀਫ਼ ਹੋ ਫਿਰ ਅਸੀਂ ਸਵੇਰੇ ਗੱਲ ਕਰ ਲਈ ਇਹਦੀ ਸਵੇਰੇ ਗੱਲ ਕਰ ਲਈ ਅਸੀਂ ਵਧਾਈ ਦਿੱਤੀ ਹੈ ਉਹਨਾਂ ਮਕੈਨਿਕਾਂ ਨੂੰ ਜਿਨ੍ਹਾਂ ਨੇ ਚੰਦਰਯਾਨ ਤਿਆਰ ਕੀਤਾ ਹੈ ਪੰਡਿਤ ਜਵਾਹਰ ਲਾਲ ਨਹਿਰੂ ਜੀ ਤੋਂ ਲੈ ਕੇ ਜਿੰਨੇ ਵੀ ਪ੍ਰਧਾਨ ਮੰਤਰੀ ਆਏ ਉਹ ਕੁਛ ਨਾ ਕੁਛ ਇਹਦੇ ਚ ਕਰਦੇ ਆਏ ਜਿਹੜਾ ਜਹਾਜ਼ ਅਸੀਂ ਖਰੀਦਿਆ ਸੀ ਨਾ 1942 ਚ ਅੰਗਰੇਜ਼ਾਂ ਦੇ ਟਾਈਮ ਡਕੋਟਾ ਉਹ 1982 ਤੱਕ ਮੈਂ ਉਹਦੇ ਤੇ ਜਾ ਕੇ ਨਾ ਸਮਾਨ ਡਰਾਪ ਕਰਦਾ ਰਿਹਾ ਮਿਜ਼ੋ ਦੀਆਂ ਪਹਾੜੀਆਂ ਚਾਈਨਾ ਦੇ ਬਾਰਡਰ ਤੇ ਜਿਹੜੇ ਅੰਗਰੇਜ਼ ਬਾਹਰੋਂ ਆਉਂਦੇ ਉਹ ਵੇਖ ਕੇ ਹੈਰਾਨ ਆ ਜਾਂਦੇ ਵੀ ਤੁਸੀਂ ਅਜੇ ਤੱਕ ਇਸ ਨੂੰ ਰੱਖੀ ਬੈਠੇ ਇਹ ਮੈਂ ਤੁਹਾਨੂੰ ਤਾਂ ਦੱਸ ਰਿਹਾ ਵੀ ਸਾਡੇ ਮਕੈਨਿਕ ਕਿੰਨੇ ਤੱਕ ਰਿਹਾ ਹੁਣ ਚੌਥਾ ਯਾਨ ਛੱਡਣ ਤੋਂ ਪਹਿਲਾਂ ਕਿਉਂ ਨਾ ਆਹ ਕੰਮ ਕਰ ਲਿਆ ਜਾਏ ਮੈਂ ਤੁਹਾਨੂੰ ਗਿਣਤੀ ਕਰਕੇ ਕੈਪਟਨ ਸਾਹਿਬ ਇੱਕ ਦਿਨ ਮੇਰੇ ਸਟੂਡੀਓ ਆਓ ਮੈਂ ਤੁਹਾਡੀ ਸਾਰੀ ਹਿਸਟਰੀ ਪੁੱਛਾਂ ਤੁਹਾਡੇ ਕੋਲ ਜਾਣਾ ਕਿਹੜੀ ਜਗ੍ਹਾ ਜਿੱਥੇ ਤੁਸੀਂ ਕਿਹੜੀ ਜਗ੍ਹਾ ਭਾਗੋ ਨੀ ਖਲੀ ਕਿਹੜੀ ਜਗ੍ਹਾ ਜਿੱਥੇ ਤੁਸੀਂ ਕੰਮ ਨੀ ਕੀਤਾ ਤੁਸੀਂ ਉਹ ਜਹਾਜ਼ ਚ ਵੀ ਗਏ ਹਰ ਥਾਂ ਦੇ ਉੱਤੇ ਜਿੱਥੇ ਜਲ ਕਰੀਦੀ ਆ ਉਹ ਤੁਸੀਂ ਉੱਥੇ ਹੁੰਦੇ ਹੋ ਭਾਈ ਤੁਹਾਡੇ ਵਰਗੀ ਸ਼ਖਸੀਅਤ ਨਾਲ ਇੰਟਰਵਿਊ ਕਰਕੇ ਤੇ ਮੇਰੇ ਧੰਨ ਭਾਗ ਹੋਣਗੇ ਜਰੂਰ ਜੀ ਇਹ ਮੇਰੀ ਤਾਂ ਇੰਟਰਵਿਊ ਘਰੇ ਆ ਕੇ ਲੈ ਕੇ ਗਿਆ ਜੀ 47 ਮਿੰਟ ਦੀ ਸਾਰਾ ਰਿਕਾਰਡ ਕੱਢ ਕੇ ਰੱਖਿਆ ਮੈਂ ਦਾਦੇ ਪੜਦਾਦੇ ਦਾ ਮੇਰੇ ਕੋਲ ਬਹੁਤ ਕੁਛ ਪਿਆ ਆਇਓ ਜਰਾ ਕੁ ਫੇਰ ਅੱਛਾ ਹੁਣ ਸੁਣ ਤਾਂ ਲਓ ਨਾ ਦੇਖੋ ਜਪਾਨ ਜਿਹੜਾ ਨਾ ਸਾਡੇ ਤੋਂ 1942 ਦੇ ਵਿੱਚ ਤਬਾਹ ਹੋ ਗਏ 10,000 ਕਰੋੜ ਰੁਪਈਆ ਅਸੀਂ ਉਸ ਤੋਂ ਲਿਆ ਆਪਣਾ ਅਹਿਮਦਾਬਾਦ ਤੋਂ ਲੈ ਕੇ ਬੰਬੇ ਤੱਕ ਟ੍ਰੇਨ ਬਣਾਉਣ ਨੂੰ ਔਰ ਉਹਦਾ ਪ੍ਰਧਾਨ ਮੰਤਰੀ ਉਸ ਵੇਲੇ ਇੱਥੇ ਆਇਆ ਸੀ ਜਦੋਂ ਜਪਾਨ ਦਾ ਪ੍ਰਧਾਨ ਮੰਤਰੀ ਮਰਿਆ ਸਾਡਾ ਪ੍ਰਧਾਨ ਮੰਤਰੀ ਉੱਥੇ ਗਿਆ ਦੇਖੋ ਮਾਜ ਗੱਡੀਆਂ ਅਸੀਂ ਬਾਹਰੋਂ ਖਰੀਦ ਰਹੇ ਹਾਂ ਉਹ ਰੂਸ ਦੀਆਂ ਬਣੀਆਂ ਹੋਈਆਂ ਅੱਜ ਵੀ ਮੈਂ ਥੋੜੇ ਦਿਨ ਪਹਿਲਾਂ ਰੂਸ ਦੇ ਗੱਡੀ ਖਰੀਦ ਦਿੱਤੇ ਸੀ ਉਹਦੇ ਬਦਲੇ ਅਸੀਂ ਉਹ ਗੱਡੀ ਖਰਚਾ ਬੜਾ ਫਿਰ ਅਸੀਂ ਚੋਕੋ ਸਵਾਚੀਆ ਤੋਂ ਟਾਟਰਾ ਲਈ ਫਿਰ ਦੇਖੋ ਬਫੋਰਸ ਜਿਹੜੇ ਸੀ ਉਹ ਵੀ ਅਸੀਂ ਬਾਹਰੋਂ ਲਏ ਫਿਰ ਦੇਖੋ ਜਿਹੜੀਆਂ ਆਪਣਾ ਰਫੇਲ ਜਹਾਜ਼ ਸੀ ਉਹ ਵੀ ਬਾਹਰੋਂ ਲਏ ਅਨੇਕਾਂ ਟਾਈਮ ਇਹਨਾਂ ਤੇ ਰੋਲਾ ਵੀ ਪੈਂਦਾ ਰਿਹਾ ਕਿਉਂ ਨਾ ਇਸ ਕੰਮ ਨੂੰ ਪਹਿਲਾਂ ਕਰਕੇ ਅਸੀਂ ਆਪਦੇ ਬਾਰਡਰਾਂ ਨੂੰ ਸੁਰੱਖਿਅਤ ਕਰੀਏ ਮੇਰਾ ਕਹਿਣ ਦਾ ਮਤਲਬ ਚੌਥਾ ਛੱਡਣ ਤੋਂ ਪਹਿਲਾਂ ਇਹ ਕਰਨਾ ਚਾਹੀਦਾ ਕਿਆ ਬਾਤ ਹੈ ਕਿਆ ਬਾਤ ਬਹੁਤ ਮੈਂ ਥੋੜਾ ਜਿਹਾ ਗਿਣਿਆ ਤੁਹਾਨੂੰ ਕਿਉਂਕਿ ਕਰਦੇ ਹਾਂ ਗੱਲਬਾਤ ਤੁਹਾਡੇ ਲਈ ਘੰਟਾ ਕੁ ਰੱਖਦੇ ਹਾਂ ਪੂਰਾ ਥੈਂਕ ਯੂ ਸੋ ਨਾਈਸ ਸੋ ਥੈਂਕ ਯੂ ਵੈਰੀ ਮੱਚ ਇਹ ਸਾਡੇ ਕੈਪਟਨ ਸਾਹਿਬ ਨੇ ਇਹਨਾਂ ਨੂੰ ਵੀ ਨਾ ਡੱਬੀ 'ਚ ਬੰਦ ਕਰਕੇ ਰੱਖਣ ਵਾਲੀ ਗੱਲ ਹੈ ਬਹੁਤ ਨੌਲੇਜ ਇਹਨਾਂ ਕੋਲ ਚੰਦਰਯਾਨ ਦੀ ਦੂਸਰੀ ਕੈਪਟਨ ਸਾਹਿਬ ਠੀਕ ਕਹਿ ਰਹੇ ਨੇ ਜੀ ਜੇ ਇਹ ਬਾਹਰੋਂ ਹਥਿਆਰ ਨਹੀਂ ਖਰੀਦ ਲਈ ਕਮਿਸ਼ਨ ਕਿੱਥੋਂ ਲੈਣਗੇ ਆਹਾ ਫਿਰ ਗੱਲ ਤੇ ਕਮਿਸ਼ਨ ਦੀ ਹੈ ਸਾਡੇ ਕੋਲ ਇੰਜੀਨੀਅਰ ਬੜੇ ਐਕਸਪਰਟ ਹੈਗੇ ਨੇ ਕੰਮ ਕਰਨ ਵਾਲੇ ਹੈਗੇ ਨੇ ਉਹ ਇਹਨਾਂ ਦੀ ਬਦੌਲਤ ਤੋਂ ਵਿਦੇਸ਼ਾਂ ਜਾ ਰਹੇ ਨੇ ਬਿਲਕੁਲ ਅੱਛਾ ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ